ਮਿੱਤਰੋ ਯੋਗਰਾਜ ਸਿੰਘ ਦੀ ਆਹ ਵੀਡੀਓ ਦੇਖੋ, ਆਪਾਂ ਇਹਦੇ ਬਾਰੇ ਬਾਅਦ ਚ ਕਰਦੇ ਹਾਂ ਗੱਲਬਾਤ। ਮੈਂ ਇਹੋ ਜਿਹੇ ਤਾਂਤਰਿਕਾਂ ਨੂੰ ਜਾਣਦਾ ਜਿਹੜੇ ਤੁਹਾਨੂੰ ਖੜੇ ਖੜੇ ਠੋਕ ਦੇਣਗੇ ਬੰਦੇ, ਤੁਹਾਡੀ ਫੋਟੋ ਰੱਖ ਕੇ ਇੱਕ ਹੀ ਦਿਨ ਦੇ ਵਿੱਚ ਤੁਹਾਡਾ ਐਕਸੀਡੈਂਟ ਹੋਇਆ ਹੀ ਹੋਇਆ। ਯੋਗਰਾਜ ਸਿੰਘ ਕਹਿ ਰਹੇ ਆ ਵੀ ਕੋਈ ਫੋਟੋ ਸਾਹਮਣੇ ਰੱਖ ਕੇ ਤਾਂਤਰਿਕ ਦੇ ਵਿੱਚ ਇੰਨੀ ਤਾਕਤ ਆ, ਉਹਦਾ ਐਕਸੀਡੈਂਟ ਕਰਾ ਦੂ, ਉਹਨੂੰ ਖਤਮ ਕਰ ਦੂ, ਕੁਛ ਵੀ ਕਰ ਦੂਗਾ। ਮੈਂ ਯੋਗਰਾਜ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਕਿ ਸ਼ਹੀਦ ਬਾਬਾ ਦੀਪ ਸਿੰਘ ਦੇ ਸਪੁੱਤਰ ਹੋਣ ਦਾ ਦਾਅਵਾ ਕਰਦੇ ਹੋ ਤੁਸੀਂ ਹਰ ਵੀਡੀਓ ਦੇ ਵਿੱਚ, ਹਰ ਇੰਟਰਵਿਊ ਦੇ ਵਿੱਚ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰੇ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ। ਆਪਣੇ ਧਰਮ ਦੇ ਵਿੱਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਸ ਤੋਂ ਬਾਅਦ 11ਵੇਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹੀ ਲਿਖਿਆ ਹੋਇਆ ਹੈ ਕਿ ਇਹਨਾਂ ਟੂਣੇ ਟਾਮਣਾਂ ਦੀ, ਢਾਲੇ ਟੱਪਿਆਂ ਦੀ, 51 ਦੀ ਆਪਣੇ ਧਰਮ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ। ਆਪਣੇ ਧਰਮ ਕੀ ਕਿਤੇ ਵੀ ਕੋਈ ਜਗ੍ਹਾ ਨਹੀਂ ਹੈ, ਇਹ ਸਿਰਫ ਲੁੱਟ ਦੇ ਢੰਗ ਬਣਾਏ ਹੋਏ ਨੇ। ਤੇ ਤੁਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਪੁੱਤਰ ਹੋਣ ਦਾ ਦਾਅਵਾ ਕਰਨ ਤੋਂ ਬਾਅਦ ਵੀ ਇਹਨਾਂ ਨੂੰ ਪ੍ਰਮੋਟ ਕਰ ਰਹੇ ਹੋ। ਚਲੋ ਮੰਨ ਲੈਂਦੇ ਹਾਂ ਤੁਹਾਡੇ ਮਗਰ ਲੱਗ ਕੇ ਵੀ ਇਹ ਕਿਤੇ ਨਾ ਕਿਤੇ ਸੱਚ ਹੋਣਗੇ, ਫਿਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਕਲਕੱਤੇ ਡਾਕਟਰਨੀ ਨਾਲ ਕੁੜੀ ਨਾਲ ਜਿਹੜੀ ਘਟਨਾ ਹੋਈ ਹੈ ਉਹਦੇ ਦੋਸ਼ੀਆਂ ਨੂੰ ਸਜ਼ਾ ਇਹ ਪੰਡਿਤ ਨਹੀਂ ਦੇ ਸਕਦੇ? ਕੀ ਸਿੱਧੂ ਮੂਸੇਵਾਲ ਦੇ ਕਾਤਲਾਂ ਨੂੰ ਇਹ ਪੰਡਿਤ ਹੈ ਜਿਹੜੇ ਸਜ਼ਾ ਨਹੀਂ ਦੇ ਸਕਦੇ? ਕੀ ਜਿਹੜੇ ਬਾਰਡਰਾਂ ਤੇ ਨਿੱਤ ਸਾਡੇ ਫੌਜੀ ਵੀਰ ਸ਼ਹੀਦ ਹੁੰਦੇ ਆ, ਜਿਹੜੇ ਉਹਨਾਂ ਨੂੰ ਮਾਰਨ ਆਉਂਦੇ ਆ, ਮਿਲੀਟੈਂਟ ਹੁੰਦੇ ਆ, ਉਹਨਾਂ ਨੂੰ ਇਹ ਬੰਦੇ ਰੋਕ ਨਹੀਂ ਸਕਦੇ? ਕੀ ਦੇਸ਼ ਦੇ ਵਿੱਚ ਇੰਨੀਆਂ ਘਟਨਾਵਾਂ ਹੋਈ ਜਾਂਦੀਆਂ, ਉਹਨਾਂ ਨੂੰ ਇਹ ਰੋਕ ਨਹੀਂ ਸਕਦੇ? ਕੀ ਪੰਜਾਬ ਸੋਨੇ ਦੀ ਚਿੜੀ ਤੋਂ ਇੱਕ ਕੰਗਾਲ ਬਣ ਗਿਆ, ਉਹਨੂੰ ਇਹ ਰੋਕ ਨਹੀਂ ਸਕਦੇ? ਇਹ ਸਿਰਫ ਲੋਕਾਂ ਦੇ ਐਕਸੀਡੈਂਟ ਕਰਾਉਣ ਤੱਕ ਰੱਖੇ ਹੋਏ ਆ, ਇਹਨਾਂ ਕੋਲ ਗਾਹਾਂ ਪਾਵਰ ਨਹੀਂ ਹੈ?